ਸਰ ਕੀ ਮਾਮਲਾ ਪੂਰਾ ਕੰਪਨ ਕੀਤੀ ਜਾ ਰਹੀ ਹੈ, ਕੁਛ ਵੈਪਨ ਸੇ ਰਿਕਵਰ ਕੀਤੇ ਹੈ? ਮਾਨਯੋਗ ਡੀਜੀਪੀ ਸਾਹਿਬ ਪੰਜਾਬ, ਏਡੀਜੀਪੀ ਸਾਹਿਬ ਬਠਿੰਡਾ ਰੇਂਜ ਤੇ ਐਸਐਸਪੀ ਸਾਹਿਬ ਬਠਿੰਡਾ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ। ਕੱਲ ਸੀਆਈਏ ਸਟਾਫ 2 ਬਠਿੰਡਾ ਦੀ ਟੀਮ ਨੂੰ ਇੱਕ ਕਾਮਯਾਬੀ ਹੱਥ ਲੱਗੀ ਹੈ, ਜਿਹਦੇ ਵਿੱਚ ਸੀਕ੍ਰੇਟ ਇਨਫੋਰਮੇਸ਼ਨ ਦੇ ਬੇਸਿਸ ਤੇ ਇੱਕ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ ਆਕਾਸ਼ ਵਾਸੀ ਜਲਾਲਾਣਾ ਥਾਣਾ ਓਡਾ ਜ਼ਿਲ੍ਹਾ ਸਿਰਸਾ ਨੂੰ 4 ਵੈਪਨਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਹਦੇ ਵਿੱਚ 3 ਵੈਪਨ 32 ਬੋਰ ਦੇ ਤੇ 1 12 ਬੋਰ ਦਾ ਕੱਟਾ ਇਹ ਤੋਂ ਬਰਾਮਦ ਕੀਤਾ ਗਿਆ ਹੈ। ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਆਹ ਗੱਲ ਸਾਹਮਣੇ ਆਈ ਹੈ ਕਿ ਇਹਨੂੰ ਕੋਈ ਬਾਹਰਲੇ ਨੰਬਰ ਤੋਂ ਫੋਨ ਆਇਆ ਸੀ ਕਿ ਇਹਨੂੰ ਕੋਈ ਅਣਪਛਾਤਾ ਬੰਦਾ ਡਿਲੀਵਰ ਕਰਕੇ ਗਿਆ ਸੀ ਇਹ ਵੈਪਨਸ, ਤੇ ਇਹਨੇ ਬਠਿੰਡੇ ਦੇ ਵਿੱਚ ਇਹ ਵੈਪਨ ਸਪਲਾਈ ਕਰਨੀ ਸੀ ਕਿਸੇ ਬੰਦੇ ਨੂੰ ਤੇ ਇਹਨੂੰ ਡਾਇਰੈਕਸ਼ਨਸ ਮਿਲਣ ਲੱਗੀ ਸੀ, ਤੇ ਉਦੋਂ ਸੀਆਈਏ ਸਟਾਫ ਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ, ਮੁਖਬਰੀ ਹੋਈ ਤੇ ਇਹਨੂੰ ਸਮੇਤ ਵੈਪਨਸ ਗ੍ਰਿਫਤਾਰ ਕਰ ਲਿਆ ਗਿਆ। ਸਰ ਬੈਕਗ੍ਰਾਉਂਡ ਕੀ ਰਹੇ ਇਸ ਬੰਦੇ ਹੁਣ ਤੱਕ ਕੀ ਰਜਿਸਟਰ ਹੋ? ਇਹ ਤੇ ਪਹਿਲਾਂ ਕੋਈ ਐਫ ਆਈ ਆਰ ਰਜਿਸਟਰ ਹੈ ਨਹੀਂ, ਆ ਲੇਬਰ ਦਾ ਕੰਮ ਹੀ ਕਰਦਾ ਹੈ ਤੇ ਹਜੇ ਸਾਡੀ ਤਫਤੀਸ਼ ਜਿਹੜੀ ਹੈ ਜਾਰੀ ਹੈ ਤੇ ਇਹਦੀ ਪੁੱਛਗਿੱਛ ਵੀ ਅਸੀਂ ਕੰਟੀਨਿਊਸ ਕਰ ਰਹੇ ਹਾਂ। ਇਹਦੀ ਉਮਰ 20-22 ਸਾਲ ਦੀ ਹੈਗੀ ਹੈ, 23 ਸਾਲ ਦੇ ਕਰੀਬ ਇਹਦੀ ਉਮਰ ਹੈਗੀ ਹੈ। ਹਜੇ ਤੱਕ ਦੀ ਤਫਤੀਸ਼ ਮੁਤਾਬਿਕ ਇਹਨੂੰ ਕੋਈ ਵੈਪਨ ਦੇ ਸਪਲਾਈ ਕਰਕੇ ਗਿਆ ਸੀ, ਆ ਕੋਰੀਅਰ ਹੈਗਾ ਤੇ ਇਹਨੇ ਇੱਥੇ ਬਠਿੰਡੇ ਦੇ ਵਿੱਚ ਡਿਲੀਵਰ ਕਰਨੀ ਸੀ। ਇਹਨੂੰ ਬਾਹਰਲੇ ਵਰਚੁਅਲ ਨੰਬਰ ਤੋਂ ਕਿਸੇ ਤੋਂ ਕਾਲ ਆਇਆ ਸੀ, ਆ ਫੇਸਬੁੱਕ ਰਾਹੀਂ ਬੰਦਿਆਂ ਦੇ ਨਾਲ ਜੁੜਿਆ ਸੀ ਜਿਹੜੇ ਮਾੜੇ ਬੰਦੇ ਹੈਗੇ, ਤੇ ਉਹਨਾਂ ਦੇ ਥਰੂ ਇਹਨੂੰ ਫਿਰ ਬਾਹਰ ਇਹਨੇ ਆਪਣਾ ਨੰਬਰ ਸ਼ੇਅਰ ਕੀਤਾ, ਇਹਨੂੰ ਬਾਹਰਲੇ ਨੰਬਰ ਤੋਂ ਫੋਨ ਆਇਆ, ਫਿਰ ਇਹਨੇ ਉਹਨਾਂ ਦੇ ਕਹਿਣ ਤੇ ਆ ਵੈਪਨ ਇੱਥੇ ਡਿਲੀਵਰ ਕਰਨ ਲਈ ਆਇਆ ਸੀ। ਇਹਨੂੰ ਲਾਲ ਸਿੰਘ ਬਸਤੀ ਮਤੀਦਾਸ ਨਗਰ ਜਿਹੜਾ ਏਰੀਆ ਹੈ ਉੱਥੋਂ ਅਸੀਂ ਅਰੈਸਟ ਕੀਤਾ ਸੀ। ਆ ਇਕੱਲਾ ਹੀ ਆਇਆ ਸੀ ਆਪਣੇ ਪਿੰਡ ਤੋਂ ਇੱਥੇ, ਤੇ ਅਸੀਂ ਹੁਣ ਪਛਾਣ ਕਰਨ ਦੀ ਕੋਸ਼ਿਸ਼ ਕਰਨ ਡੇ ਆ ਜਿਹੜੇ ਬੰਦੇ ਨੇ ਇਹਨੂੰ ਵੈਪਨ ਸਪਲਾਈ ਕੀਤੇ ਤੇ ਜਿਹੜੇ ਬੰਦੇ ਨੂੰ ਇਹਨੇ ਵੈਪਨ ਇੱਥੇ ਬਠਿੰਡੇ ਦੇ ਵਿੱਚ ਡਿਲੀਵਰ ਕਰਨੇ ਸੀ, ਉਹ ਅਸੀਂ ਹੁਣ ਇਨਵੈਸਟੀਗੇਟ ਕਰਨ ਡੇ ਆ, ਉਹ ਨੰਬਰ ਵੀ ਅਸੀਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਨ ਡੇ ਆ, ਤੇ ਮੈਨੂੰ ਪੂਰੀ ਉਮੀਦ ਹੈ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਇਹਦੇ ਵਿੱਚ ਅਰੈਸਟ ਕਰਾਂਗੇ। ਵੈਪਨ ਕਿਹੜੇ ਨੇ, ਕੰਟਰੀ ਮੇਡ ਹੈ ਜਾਂ ਸਰ ਇੰਪੋਰਟਡ ਨੇ? ਵੈਪਨ ਕੰਟਰੀ ਮੇਡ ਹੀ ਨੇ ਲੋਕਲ, 3 32 ਬੋਰ ਹੈ ਤੇ 1 ਦੇਸੀ ਕੱਟਾ ਹੈ 12 ਬੋਰ ਦਾ। ਉਹ ਇਹਨੂੰ ਹੀ ਕੋਈ ਬੰਦਾ ਦੇ ਕੇ ਗਿਆ ਸੀ ਅਣਪਛਾਤਾ ਬੰਦਾ, ਇਹਦੇ ਦੱਸਣ ਮੁਤਾਬਿਕ ਉਹਦੀ ਸ਼ਕਲ ਇਹਨੂੰ ਕਲੀਅਰ ਨਹੀਂ ਹੈ ਤੇ ਇਹਨੂੰ ਇੱਥੇ ਬਠਿੰਡੇ ਡਿਲੀਵਰ ਕਰਨ ਲਈ ਕਿਹਾ ਗਿਆ ਸੀ ਫੋਨ ਤੇ। ਸਰ ਮਤੀਦਾਸ ਰੁਕਿਆ ਹੋਇਆ ਸੀ ਜਾਂ ਡਿਲੀਵਰ ਕਰਨ ਆਇਆ? ਆ ਡਿਲੀਵਰ ਕਰਨ ਹੀ ਆਇਆ ਸੀ। ਕਿੰਨੇ ਪੈਸੇ ਮਿਲੇ ਤੁਹਾਨੂੰ? ਉਹ ਪੈਸੇ ਇਹਦੇ ਅਕਾਊਂਟ 'ਚ ਟ੍ਰਾਂਸਫਰ ਹੋਣੇ ਸੀ, ਹਜੇ ਇਹਨੂੰ ਕੋਈ ਪੈਸੇ ਮਿਲੇ ਨਹੀਂ ਹੈ। ਇਹਨੂੰ ਪੈਸਿਆਂ ਦੇ ਨਾਲ ਇਹਦੀ ਗੱਲ ਹੋਈ ਸੀ, ਪਰ ਉਹ ਡਿਲੀਵਰੀ ਤੋਂ ਬਾਅਦ ਉਹ ਗੱਲ ਹੋਣੀ ਸੀ। ਲਿਫਟ ਲੈ ਕੇ ਇੱਥੇ ਪਹੁੰਚਿਆ ਸੀ, ਕਿਸੇ ਗੱਡੀ ਤੋ ਲਿਫਟ ਲੈ ਕੇ ਆਇਆ ਸੀ, ਕਿਰਾਏ ਤੇ, ਮਤਲਬ ਕਿਰਾਏ ਦੇ ਕੇ ਲਿਫਟ ਲੈ ਕੇ ਆਇਆ। ਨਹੀਂ, ਆ ਲੇਬਰ ਦਾ ਕੰਮ ਕਰਦਾ ਹੈ 30 ਸਾਲ ਦੀ ਏਜ।